सच्चा वाक्य न्यूज को सब्सक्राइब करें और घंटी वाला बटन जरूर दबाएं ताकि हर खबर मिले आपको सबसे पहले। सच्चा वाक्य न्यूज लुधियाना तजिंदर सिंह ते सनी चावला अज असी पहुंचे हाँ टोका महला दे विच जिथे के एक सचवीर सिंह उर्फ मंगू नां दे व्यक्ति ने सुसाइड कर लिया सी। बीते दिन सुसाइड करन दा कारण उन्हां दे परिवार वल्लों यह दस्या जा रहा है कि परिवार दे दस्से मुताबक यह कहा गया कि इस दा जुम्मेवार प्रशासन है क्योंकि प्रशासन वल्लों उन्हूं दिक्कतां आ रही सी। वह रेहड़ी फड़ी का काम करता सी, फड़ी लगा के बैल्टां वगैरह वेचदा सी कि उन्हूं प्रशासन वालों तंग किया जा रहा है। बैल्टा जा माल नू कोई भी वेचन तो रोकया जा रहा है और इस दे कारण वह परेशान हो के उसने सुसाइड किया है। उस दे जुम्मेवार प्रशासन नू दस्या जा रहा उन्होंने परिवार मुताबक। आओ तुहानू सुनाने हां उन्होंने परिवार वालों की कहा जा रहा है ते नाल ही रेहड़ी फड़ी यूनियन के प्रधान वालों इस दे बारे की कहा जा रहा है। ਤੇ ਇਹਦਾ ਤੁਹਾਡੇ ਬੇਟੇ ਨੇ ਸੁਸਾਈਡ ਕੀਤਾ, ਕਿਉਂ ਸੁਸਾਈਡ ਕੀਤਾ, ਕੀ ਕਾਰਨ ਸੀਗਾ? ਸੁਸਾਈਡ ਤਾਂ ਕੀਤਾ ਜੀ, ਉਹ ਲਾਂਦਾ ਸੀ ਉੱਥੇ ਫੜੀ। ਕਿੱਥੇ ਜੀ? ਆਪਣਾ ਕਾਲਗੜ ਮਾਰਕੀਟ ਦੇ ਨਾਲ। ਔਰ ਮਾਰਕੀਟ ਵਾਲੇ ਸਾਡੀ ਬੜੀ ਮਦਦ ਕਰਦੇ ਸੀਗੇ, ਸਾਨੂੰ ਕੋਈ ਤੰਗੀ ਨਹੀਂ ਸੀਗੀ, ਮਗਰ ਪੁਲਿਸ ਵਾਲਿਆਂ ਨੇ ਸਾਨੂੰ ਬਹੁਤ ਤੰਗ ਕੀਤਾ, ਕਮੇਟੀ ਵਾਲਿਆਂ ਨੇ ਬਹੁਤ ਤੰਗ ਕੀਤਾ, ਮਾਲ ਚੱਕ ਕੇ ਲੈ ਜਾਂਦੇ ਸੀਗੇ। ਫਿਰ ਵੀ ਪ੍ਰਧਾਨ ਸਾਡੇ ਨਾਲ ਰਿਹਾ ਵਾ, ਪ੍ਰਧਾਨ ਨੇ ਮਾਲ ਵੀ ਦਵਾਇਆ ਸਾਨੂੰ ਦੋ ਵਾਰੀ, ਸਾਡੀ ਮਦਦ ਵੀ ਕੀਤੀ ਹੈ, ਮਗਰ ਸਾਨੂੰ ਅਖੀਰ 'ਤੇ ਮੁੰਡਾ ਇੰਨਾ ਕੁ ਦੁਖੀ ਹੋ ਗਿਆ। ਮੇਰੀਆਂ ਚਾਰ ਲੜਕੀਆਂ ਸੀ, ਇੱਕ ਲੜਕਾ ਸੀ, ਉਹਨੇ ਸੁਸਾਈਡ ਕਰ ਲਿਆ। ਦੁਖੀ ਆ ਕੇ ਕਹਿੰਦਾ, ਡੈਡੀ ਨਾ ਤਾਂ ਇਹ ਕੰਮ ਕਰਨ ਦਿੰਦੇ ਨੇ, ਅਸੀਂ ਰੋਟੀ ਕਿੱਥੋਂ ਖਾਵਾਂਗੇ ਹੁਣ? ਆਖਿਰ ਇਸ ਲਈ ਉਹਨੇ ਸੁਸਾਈਡ ਕਰ ਲਿਆ ਜੀ। ਤੁਹਾਡੇ ਬ੍ਰਦਰ ਬਾਰੇ ਬਹੁਤ ਹੀ ਮਾੜੀ ਘਟਨਾ ਜਿਹੜੀ ਹੋਈ ਆ, ਉਹਨਾਂ ਨੇ ਸੁਸਾਈਡ ਕੀਤਾ ਵਾ, ਅਤੇ ਉਹਦਾ ਕੀ ਕਾਰਨ ਦੱਸਿਆ ਜਾ ਰਿਹਾ, ਕੀ ਕਾਰਨ ਹੈ, ਤੁਹਾਨੂੰ ਕੁਛ ਪਤਾ ਚੱਲਿਆ? ਹਾਂਜੀ, ਉਹ ਕਾਲਗੜ ਮਾਰਕੀਟ ਦੇ ਵਿੱਚ ਫੜੀ ਲਗਾਉਂਦਾ ਸੀ, ਜੈਂਟਸ ਅਸੈਸਰੀ ਦਾ ਕੰਮ ਸੀ ਉਹਦਾ। ਉਹਨੂੰ 2 ਮਹੀਨਿਆਂ ਤੋਂ ਉਹਨੂੰ ਬਹੁਤ ਹੀ ਜ਼ਿਆਦਾ ਪੁਲਿਸ ਤੰਗ ਕਰ ਰਹੀ ਸੀ। ਜਦੋਂ ਉਹ ਮਾਲ ਲਗਾਉਂਦਾ ਸੀ, ਉਹਦਾ ਮਾਲ ਚੁੱਕ ਕੇ ਲੈ ਜਾਂਦੇ ਸੀ, ਕੋਈ ਗਾਹਕ ਆਉਂਦਾ ਸੀ, ਮਾਲ ਵੇਚਣ ਹੀ ਨਹੀਂ ਦੇ ਰਹੇ ਸੀ, ਮਾਲ ਕਈ ਵਾਰੀ ਚੁੱਕਿਆ ਗਿਆ, ਜਿਹਦੇ ਕਰਕੇ ਉਹਨੂੰ ਬੜੀ ਪਰੇਸ਼ਾਨੀ ਹੋਈ। ਉਹਨੇ ਦੁਖੀ ਆ ਕੇ ਆਤਮ ਹੱਤਿਆ ਕਰ ਲਈ। ਹੁਣ ਸਾਡੇ ਮਾਂ ਪਿਓ ਦਾ ਕੌਣ ਹੈ, ਕੋਈ ਸਹਾਰਾ ਨਹੀਂ। ਅਸੀਂ ਚਾਰ ਭੈਣਾਂ, ਚਾਰੋਂ ਵਿਆਹੀਆਂ ਹੋਈਆਂ, ਇੱਕੋ ਸਾਡਾ ਭਰਾ ਸੀ ਕਮਾਉਣ ਵਾਲਾ, ਹੁਣ ਉਹਨੇ ਸੁਸਾਈਡ ਕਰ ਲਿਆ। ਹੁਣ ਮਾਂ ਪਿਓ ਕਿਹਦੇ ਸਹਾਰੇ ਜੀਣਗੇ, ਕੌਣ ਉਹਨਾਂ ਦਾ ਪਾਲਣ ਕਰੇ? ਸਾਡਾ ਕੋਈ ਆਮਦਨ ਨਹੀਂ, ਸਾਧਨ ਨਹੀਂ। ਔਰ ਤੁਹਾਡੇ ਜਿਹੜੇ ਬ੍ਰਦਰ ਦੇ ਨਾਲ ਬਹੁਤ ਹੀ ਮੰਦਭਾਗੀ ਜਿਹੜੀ ਇਹ ਘਟਨਾ ਹੋਈ ਆ, ਉਹਨਾਂ ਨੇ ਸੁਸਾਈਡ ਕੀਤਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗੀ ਕਿ ਮੇਰਾ ਜਿਹੜਾ ਭਰਾ ਅਕਾਲਗੜ੍ਹ ਮਾਰਕੀਟ 'ਚ ਫੜੀ ਲਾਉਣ ਦਾ ਕੰਮ ਕਰਦਾ ਸੀ, ਉਹਨੂੰ ਇਨਸਾਫ ਦੀ ਲੋੜ ਹੈ। ਉਹਦੀ ਹੱਤਿਆ ਦਾ, ਉਹਦੇ ਸੁਸਾਈਡ ਦਾ ਕੌਣ ਜ਼ਿੰਮੇਵਾਰ ਹੈ, ਇਹਦਾ ਸਰਕਾਰ ਨੂੰ ਜਵਾਬ ਦੇਣਾ ਪਏਗਾ। ਮੇਰੇ ਮਾਂ ਬਾਪ ਦੇ ਜਿਹੜਾ ਪਾਲਣ ਪੋਸ਼ਣ ਹੈ, ਕਿਉਂਕਿ ਉਹਨਾਂ ਦਾ ਕੋਈ ਇਨਕਮ ਸੋਰਸ ਨਹੀਂ, ਇਕੱਲਾ ਮੁੰਡਾ ਸੀ ਉਹਨਾਂ ਦਾ, ਭੈਣਾਂ ਸਾਰੀਆਂ ਵਿਆਹੀਆਂ ਹੋਈਆਂ, ਹੁਣ ਮਾਂ ਪਿਓ ਦਾ ਪਾਲਣ ਪੋਸ਼ਣ ਕੌਣ ਕਰੇਗਾ? ਇਹ ਤਾਂ ਸਰਕਾਰ ਜ਼ਿੰਮੇਵਾਰ ਹੈ। ਬਸ ਅਸੀਂ ਇਹੀ ਹੈ ਵੀ ਉਹਨਾਂ ਵਾਸਤੇ ਕੁਛ ਨਾ ਕੁਛ ਰੁਜ਼ਗਾਰ ਦਾ ਸਾਧਨ ਬਣੇ, ਉਹਨਾਂ ਨੂੰ ਕੁਛ ਨਾ ਕੁਛ ਮਿਲੇ, ਅਸੀਂ ਇਹੀ ਸੋਚਾਂਗੇ ਬਸ। ਦੱਸਿਆ ਜਾ ਰਿਹਾ ਇਹਨਾਂ ਦੇ ਬੱਚੇ ਨੇ ਸੁਸਾਈਡ ਕੀਤਾ ਵਾ, ਕਿ ਇਹ ਤੁਹਾਨੂੰ ਕੀ ਲੱਗ ਰਿਹਾ, ਇਹ ਕਿਉਂ ਹੋਇਆ ਇਹ ਕੰਮ? ਇਹ ਬੜੀ ਦੁੱਖ ਦੀ ਗੱਲ ਹੈ, ਦੁਖਦਾਈ ਘਟਨਾ। ਮੈਂ ਪ੍ਰਸ਼ਾਸਨ ਨੂੰ, ਸਰਕਾਰ ਨੂੰ, ਕਾਰਪੋਰੇਸ਼ਨ ਦੇ ਮੇਅਰ ਨੂੰ, ਮੰਤਰੀ ਸਾਹਿਬ ਨੂੰ ਇਹ ਵਾਰ ਵਾਰ ਕਹਿੰਦਾ ਰਿਹਾ ਵੀ ਤੁਸੀਂ ਜਿਹੜਾ ਆ ਸਿਸਟਮ ਕੀਤਾ ਲੁਧਿਆਣਾ ਜਿਹੜੀ ਫੜੀ ਬੰਦ ਕਰਨ ਦਾ, ਇਹ ਠੀਕ ਨਹੀਂ ਹੈਗਾ। ਵੀ ਤੁਸੀਂ ਇੰਨਾ ਕੁ ਲੋਕਾਂ ਨੂੰ ਮਜਬੂਰ ਕਰ ਦਿੱਤਾ, ਵਾਰ ਵਾਰ ਕਹਿੰਦਾ ਰਿਹਾ ਸੀ ਵੀ ਲੋਕ ਕੋਈ ਇਹੋ ਜਿਹੀ ਰਾਹ ਦੇ ਨਾਲ ਚਲੇ ਜਾਣ ਅਤੇ ਇਹਨਾਂ ਨੂੰ ਬੰਦ ਕਰਕੇ ਜਿਹੜਾ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। ਪਰ ਪ੍ਰਸ਼ਾਸਨ ਨੇ ਅੱਜ 2 ਮਹੀਨੇ ਵਿੱਚ ਸਾਡੀ ਗੱਲ ਨਹੀਂ ਸੁਣੀ। ਜਿਹੜੀ ਅੱਜ ਇਹ ਘਟਨਾ ਘਟੀ ਹੈ, ਇਹ ਪ੍ਰਸ਼ਾਸਨ ਜ਼ਿੰਮੇਦਾਰ ਹੈ, ਸਰਕਾਰ ਜ਼ਿੰਮੇਦਾਰ ਹੈ, ਕਾਰਪੋਰੇਸ਼ਨ ਦਾ ਮੇਅਰ ਜ਼ਿੰਮੇਵਾਰ ਹੈ, ਮੰਤਰੀ ਜ਼ਿੰਮੇਦਾਰ ਹੈ। ਮੈਂ ਸਰਕਾਰ ਕੋਲੋਂ, ਮੰਤਰੀਆਂ ਕੋਲੋਂ, ਕਾਰਪੋਰੇਸ਼ਨ ਦੇ ਮੇਅਰ ਕੋਲੋਂ ਮੈਂ ਕਹਿੰਦਾ ਵੀ ਇਹ ਜਿਹੜੀ ਅੱਜ ਇਹ ਘਟਨਾ ਬੀਤੀ ਆ, ਆਪਣਾ ਦੁਖੀ ਹੋ ਕੇ ਇੱਕ ਬੰਦੇ ਦਾ ਕਾਰੋਬਾਰ ਬੰਦ ਕਰ ਦੇਣਾ, ਉਹ ਬੰਦਾ ਕਿੰਨਾ ਕੁ ਚਿਰ ਬਰਦਾਸ਼ਤ ਕਰੂਗਾ ਜਿਹਨਾਂ ਦੇ ਬੱਚੇ ਘਰ ਭੁੱਖੇ ਮਰਦੇ ਹੋਣਗੇ? ਇਹ ਚਾਰ ਭੈਣਾਂ ਦਾ ਇੱਕ ਭਰਾ ਸੀ ਅਤੇ ਬਜ਼ੁਰਗ ਆਦਮੀ, ਬਜ਼ੁਰਗ ਕੋਲ ਵੀ ਹੁਣ ਕੰਮ ਨਹੀਂ ਹੋ ਸਕਦਾ। ਇੱਕ ਬੇਟਾ ਇਹਨਾਂ ਦਾ ਜਿਹੜਾ ਸਹਾਰਾ ਸੀ ਉਹ ਇੱਥੋਂ ਦੁਨੀਆਂ ਚਲਾ ਗਿਆ। ਬੜੀ ਦੁੱਖ ਦੀ ਗੱਲ ਆ, ਮੇਰੇ ਮਨ ਵੀ ਬੜਾ ਦੁੱਖ ਹੋ ਰਿਹਾ। ਇਹਨਾਂ ਦਾ ਬੇਟਾ ਕੀ ਕੰਮ ਕਰਦਾ ਸੀਗਾ? ਇਹਨਾਂ ਦਾ ਬੇਟਾ ਆਪਣਾ ਫੜੀ ਲਗਾਉਂਦਾ ਸੀ, ਬੈਲਟਾਂ ਜਿਹੜੀ ਲਗਾਉਂਦਾ, ਫੜੀ ਲਿਆਉਂਦਾ ਸੀ, ਅਤੇ ਵਾਰ ਵਾਰ ਥਾਣਿਆਂ ਵੱਲੋਂ, ਪੁਲਿਸ ਪ੍ਰਸ਼ਾਸਨ ਵੱਲੋਂ
ਪਛਾਣ ਕੀਤਾ ਜਾਂਦਾ ਸੀ, ਕਾਰੋਬਾਰ ਬਿਲਕੁਲ ਕਰ ਨਹੀਂ ਦਿੰਦੇ ਸੀ। ਇਸ ਕਰਕੇ ਇਹ ਘਟਨਾ ਘਟੀ ਆ। ਇਹ ਸਰਕਾਰ ਜ਼ਿੰਮੇਦਾਰ ਆ, ਕਾਰਪੋਰੇਸ਼ਨ ਮੇਅਰ ਜ਼ਿੰਮੇਦਾਰ ਆ, ਸਾਡਾ ਜਿਹੜਾ ਲੁਧਿਆਣੇ ਦਾ ਕੈਬਨਿਟ ਮੰਤਰੀ ਆਸ਼ੂ ਜ਼ਿੰਮੇਦਾਰ ਆ। ਮੈਂ ਸਰਕਾਰ ਕੋਲ ਮੰਗ ਕਰਦਾ ਵੀ ਇਹਨਾਂ ਨੂੰ ਘੱਟੋ ਘੱਟ ਜਿਹੜੀ ਇਹ ਘਟਨਾ ਤੁਹਾਡੇ ਕਾਰਨ ਹੋਈ ਆ, ਇਹ ਇਹਨਾਂ ਦੇ ਆਪਣੇ ਕਾਰਨ ਨਹੀਂ ਹੋਈ, ਰੱਬ ਦੇ ਵੱਲੋਂ ਨਹੀਂ ਕਾਰਨ ਹੋਈ, ਇਹ ਘਟਨਾ ਤੁਹਾਡੇ ਪਛਾਣ ਕਰਨ ਕਰਕੇ ਹੋਈ ਆ। ਘੱਟੋ ਘੱਟ ਵੀ ਇਹਨਾਂ ਨੂੰ 50 ਲੱਖ ਦਾ ਮੁਆਵਜ਼ਾ ਮਿਲਣਾ ਚਾਹੀਦਾ। ਅਗਰ ਇਹਨਾਂ ਦੀ ਕੋਈ ਹੈਲਪ ਨਾ ਕੀਤੀ ਸਰਕਾਰ ਨੇ, ਅਤੇ ਰੇਹੜੀ ਫੜੀ ਯੂਨੀਅਨ ਅੰਦੋਲਨ ਇਹਨਾਂ ਲਈ ਚਲਾ ਕੇ ਇਹਨਾਂ ਦਾ ਬਣਦਾ ਹੱਕ ਜਿਹੜਾ ਇਹਨਾਂ ਨੂੰ ਦਵਾਏਗੀ।